ਵਾਰ ਇਹ ਜੀ ਦੱਸਣ। ਇੱਕ ਮੈਂ ਵੀਡੀਓ ਪਾਈ ਸੀ। ਮੈਂ ਸਰ ਉਹਦੇ 'ਚ ਮੈਂ ਗਾਲਾਂ ਕੱਢੀ ਆ। ਅਸੀਂ ਮੱਜ ਤੱਕ ਕਿਸੇ ਨੂੰ ਗਾਲਾਂ ਕੱਢਿਆ ਵੀ ਨਹੀਂ। ਨਾ ਵੀਡੀਓ 'ਚ, ਨਾ ਕਿਸੇ ਨੂੰ ਉਦਾਂ। ਮੈਨੂੰ ਜੋ ਵੀ ਕੋਈ ਗਾਲ ਕੱਢਦਾ, ਗੁੱਬ ਲਾਉਂਦਾ ਤਾਂ ਮੈਂ ਉਹਨੂੰ ਜ਼ਰੂਰ ਰੋਕਦਾ ਭਾਈ। ਭਾਈ ਮੈਨੂੰ ਨਾ ਮੈਂ ਕਿਸੇ ਨੂੰ ਮਾਂ ਭੈਣ ਦੀ ਗਾਲ ਕੱਢਦਾ ਨਾ ਮੈਂ ਕਹਾ ਸਕਦਾ। ਹਮੇਸ਼ਾ ਟੋਕਦਾ। ਤੇ ਜਿਹੜੀ ਮੈਂ ਉਦੋਂ ਗਾਲਾਂ ਵਾਲੀ ਵੀਡੀਓ ਪਾਈ ਸੀ ਉਹਦੇ ਬਾਰੇ ਅੱਜ ਮੈਂ ਆਪਣੇ ਵਿਚਾਰ ਰੱਖਣੇ ਨੇ ਮੈਂ ਗਾਲਾਂ ਕਿਹਨਾਂ ਨੂੰ ਕੱਢਿਆ ਸੀ ਜਿਹੜੇ ਮੇਰੇ ਪਿੰਡ ਦੇ ਕੁਝ ਲੋਕ ਮੈਨੂੰ ਮਾੜਾ ਕਹਿੰਦੇ ਨੇ ਮਾੜਾ ਸੋਚਦੇ ਨੇ ਮੇਰਾ ਮਾੜਾ ਮਾੜਾ ਹੀ ਸੋਚੀ ਜਾਂਦੇ ਨੇ ਉਹਨਾਂ ਦੇ ਉਹਨਾਂ ਲਈ ਪਾਈ ਸੀ ਇਹ ਵੀਡੀਓ ਤੇ ਮੈਨੂੰ ਇੱਕ ਅੱਧੀ ਗੱਲ ਮੇਤੋ ਚਲੋ ਗਰਮ ਸੁਹਾਵ ਚ ਬੋਲੀ ਗਈ ਜਿਵੇਂ ਕਿ ਮੇਤੋ ਸ਼ਬਦ ਬੋਲਿਆ ਗਿਆ ਪਰ ਉਹਨਾ ਮੈਨੂੰ ਮੈਂ ਉਹਦੀ ਕੱਲ ਮਾਫੀ ਵੀ ਮੰਗਿਆ ਪੰਚਾਇਤ ਇਕੱਠੀ ਹੋਈ ਸੀ ਮਾਫੀ ਵੀ ਮੰਗਿਆ ਮੈਂ ਵੀ ਕਿਹਾ ਭਾਈ ਮੇਰੀ ਜੜੀ ਗੱਲਾਂ ਦਾ ਪਿੰਡ ਵਾਲਿਆਂ ਨੂੰ ਬੁਰਾ ਲੱਗਿਆ ਮੈਂ ਉਹਦੀ ਮਾਫੀ ਮੰਗਦਾ ਪਰ ਉਹਨੇ ਸ਼ਬਦ ਤੋਂ ਮੈਂ ਹੁਣ ਵੀ ਮਾਫੀ ਮੰਗਦਾ ਗਲਤੀ ਹੋਈ ਹੈ ਮੇਰੀ ਪਰ ਹਾਂ ਜਿਹੜੀ ਉਹ ਗਾਲਾਂ ਸੀ ਉਹ ਤੇ ਮੈਂ ਸਟੈਂਡ ਤੇ ਖੜਾ ਜਿਹੜੇ ਮੈਨੂੰ ਲੋਕ ਮਾੜਾ ਕਹਿੰਦੇ ਨੇ ਮੈਂ ਉਹਨਾਂ ਨੂੰ ਕੱਢਿਆ ਸੀ ਗਾਲਾਂ ਸਾਰੇ ਪਿੰਡ ਨੂੰ ਨਹੀਂ ਕੱਢਿਆ ਮੈਂ ਲੋਕਾਂ ਦੀ ਸਿਫਤ ਵੀ ਕੀਤੀ ਜਿੱਥੇ ਚੰਗੇ ਲੋਕ ਵੀ ਨੇ ਅਰ ਇਹ ਦੁਨੀਆ ਛੱਡਦੀ ਨਹੀਂ ਤੁਹਾਨੂੰ ਦੇਖੋ ਤੁਸੀਂ ਦੇਖਦੇ ਰਹਿੰਿਓ ਆਲੇ-ਦਾਲੇ ਬਈ ਕਈ ਪਿੰਡਾਂ ਦੇ ਨੌਜਵਾਨ ਇੱਕ ਦੂਜੇ ਨਾਲ ਵਿਆਹ ਕਰਾ ਲੈਂਦੇ ਨੇ ਤਾਂ ਉਹ ਨੌਜਵਾਨ ਤਾਂ ਫਿਰ ਜਿਹੜਾ ਇੱਕ ਪਿੰਡ ਦਾ ਇੱਕ ਪਿੰਡ ਦੀ ਕੁੜੀ ਭੈਣ ਹੁੰਦੀ ਆ ਸਾਰਿਆਂ ਦੀ ਤਾਂ ਉਹਨੇ ਭੈਣ ਨਾਲੇ ਵਿਆਹ ਕਰਾ ਲਿਆ ਤੇ ਉਹ ਸਾਰੇ ਪਿੰਡ ਦਾ ਹੀ ਪਰੌਣਾ ਬਣ ਗਿਆ ਉਸ ਹਿਸਾਬ ਨਾਲ ਉਹਨਾਂ ਤੇ ਕੀ ਕਾਰਵਾਈ ਹੁੰਦੀ ਆ ਇਹ ਚੀਜ਼ਾਂ ਕਿੱਥੋਂ ਜੰਮਦੀਆਂ ਨੇ ਇਹ ਸ਼ਬਦ ਕਿੱਥੋਂ ਜੰਮਦੇ ਨੇ ਇਹ ਇਹ ਜੰਮਦੇ ਨੇ ਆਪਾਂ ਨੂੰ ਜੋ ਆਪਾਂ ਗਾਣੇ ਸੁਣਦੇ ਆ ਉਹਨਾਂ ਤੋਂ ਉਹਨਾਂ ਤੋਂ ਇਹ ਆਪਣੇ ਜਦੋਂ ਕੰਨਾਂ 'ਚ ਪੈਂਦੇ ਨੇ ਵਧੀ ਜਾਂਦੀ ਆ ਇਹ ਚੀਜ਼ ਗੱਲ ਹੁਣ ਇਸ਼ਕ ਪੂਨੇ ਦੇ ਗਾਣੇ ਬਹੁਤ ਚੱਲਦੇ ਨੇ ਆਪਣੇ ਪੰਜਾਬ ਨੂੰ ਹੁਣ ਜਿਹੜੀ ਲੋੜ ਆ ਲੋੜ ਹੈਗੀ ਆ ਇੱਕ ਸਟੈਂਡ ਵਾਲੇ ਗਾਇਕਾਂ ਦੀ ਜਿਹੜੇ ਪੰਜਾਬ ਦੇ ਦਰਦ ਬਿਆਨ ਕਰਨ ਪੰਜਾਬ ਦੇ ਹੱਕਾਂ ਬਾਰੇ ਬੋਲਣ ਇਹ ਜਿਹੇ ਗਾਣਿਆਂ ਦੀ ਲੋੜ ਆ ਜਦੋਂ ਇਹ ਗਾਣੇ ਹਰੇਕ ਦੇ ਕੰਨਾਂ ਚ ਬਚਣਗੇ ਚਾਰੇ ਪਾਸੇ ਸਭ ਸਿੰਗਰ ਐਕਟਰ ਪੰਜਾਬ ਪ੍ਰਤੀ ਪੰਜਾਬ ਦੇ ਦਰਦ ਬਿਆਨ ਕਰਨਗੇ ਤਾਂ ਲੋਕਾਂ ਚ ਤਾਂ ਇਹ ਫਰਕ ਪੈਣਾ ਹੀ ਆ ਜਿਵੇਂ ਜੀ ਆਪਾਂ ਚੀਜ਼ ਦਿਖਾਉਨੇ ਆ ਉਹਦਾ ਫਰਕ ਪੈਂਦਾ ਹੁਣ ਆਸ਼ਕਪੂਣੇ ਵਾਲੇ ਗਾਣੇ ਚੁਲਾਈ ਜਾਂਦੇ ਆ ਉਹ ਆਸ਼ਕਪੂਣੇ ਵਾਲੇ ਗਾਣਿਆਂ ਦਾ ਫਰਕ ਵੀ ਪੈਂਦਾ ਕੋਈ ਪਿੰਡ ਦੀ ਕੁੜੀ ਕੱਢ ਕੇ ਲੈ ਆਏ ਦਾ ਕੋਈ ਪਿੰਡ ਵਾਲੀ ਇੱਕ ਦੋਏ ਨਾਲ ਵਿਆਹ ਕਰਵਾ ਲਿੰਦੇ ਨੇ ਕਈ ਪਿੰਡਾਂ ਦੀਆਂ ਖਬਰਾਂ ਤੁਸੀਂ ਭਾਈ ਦੇਖਦੇ ਰਹਿੰਨੇ ਆ ਸੁਣਦੇ ਰਹਿੰਨੇ ਆ ਤੁਸੀਂ ਚੱਕਰਾਂ ਆ ਬਾਈ ਮੈਨੂੰ ਦੁੱਖ ਬਹੁਤ ਲੱਗਿਆ ਸੀ ਮੇਥੋਂ ਬੋਲ ਹੋ ਗਿਆ ਮੈਂ ਬੋਲਿਆ ਵੀ ਮਾੜੇ ਲੋਕਾਂ ਨੂੰ ਅਸੀਂ ਜਿਹੜੇ ਪਿੰਡ ਦੇ ਮਾੜਾ ਕਹਿੰਦੇ ਨੇ ਮਾੜਾ ਸੋਚਦੇ ਨੇ ਮੇਰੇ ਪ੍ਰਤੀ ਉਹਨਾਂ ਨੂੰ ਕੱਢਿਆ ਸੀ ਪਰ ਕੀ ਕਹੀਏ ਇਹ ਦੁਨੀਆ ਛੱਡਦੀ ਨਹੀਂ ਹੈਗੀ ਇੱਥੇ ਕਿਸੇ ਨੂੰ ਮੈਂ ਜੇ ਹੁਣ ਵੀ ਬੋਲਾਂ ਤਾਂ ਜ਼ਰੂਰ ਕੋਈ ਨਾ ਕੋਈ ਇੱਧਰ ਉੱਧਰ ਕਹੂਗਾ ਭਈ ਇਹ ਫੇਰ ਬੋਲਦਾ ਫੇਰ ਮੈਂ ਕੀ ਕਰੀਏ ਯਾਰ ਗੁੱਸਾ ਤਾਂ ਬਹੁਤ ਆਉਂਦਾ ਕਿਸਾਨੀ ਸੰਘਰਸ਼ ਦੌਰਾਨ 3.5 ਮਹੀਨੇ ਸਿੰਘੂ ਟਿੱਕਰੀ ਬਾਰਡਰ ਲਾਏ ਨੇ ਕੋਈ ਵੀ ਇੱਥੇ ਪੰਜਾਬ ਚ ਪ੍ਰੋਟੈਸਟ ਹੁੰਦਾ ਤੀ ਕਿਸੇ ਲੀਡਰ ਦਾ ਘਰਾਓ ਕਰਨਾ ਵਿਰੋਧ ਕਰਨਾ ਆਪਣੇ ਖੇਤਾਂ ਵਿੱਚ ਮੈਂ ਆਪਣੀ ਮਿਹਨਤ ਦਾ ਆਪਣੀ ਆਮਦਨ ਦੇ ਵਿੱਚੋਂ ਇੱਕ 20 ਫੁੱਟ 20 25 ਫੁੱਟ ਹੋਣਾ ਤਕਰੀਬਨ ਮੋਦੀ ਦਾ ਪੁਤਲਾ ਬਣਾ ਕੇ ਫੋਕਿਆ ਸੀ ਉਹਦੇ ਨਾਲ 10 ਚਿਹਰੇ ਵੀ ਲਾਏ ਸੀ ਦਾ ਚਿਹਰੇ ਵੀ ਲਾਏ ਸੀ ਉਹ ਹੈ ਕਦੇ ਮੈਂ ਤੁਹਾਨੂੰ ਦਿਖਾਉਂਗਾ ਉਹ ਫੋਟੋ ਜਾਂ ਵੀਡੀਓਜ਼ ਦੁਸ਼ਹਿਰੇ ਵਾਲੀ ਪਿਛਲੇ ਸਾਲ ਦੁਸ਼ਹਿਰੇ ਵਾਲੇ ਦਿਨ ਦੀ ਗੱਲ ਆ ਆਪਣੇ ਖੇਤਾਂ 'ਚ ਫੋਕਿਆ ਸੀ ਮੈਂ ਕਦੇ ਡਰਿਆ ਨਹੀਂ ਪਰਚਿਆ ਪਰਚਿਆ ਤੋਂ ਜਾਂ ਕਿਸੇ ਵੀ ਚੀਜ਼ ਤੋਂ ਯਾਰ ਕਿਸੇ ਦੇ ਜੇ ਮੱਥੇ ਤੇ ਲਿਖਿਆ ਹੋਵੇ ਹਨਾ ਆਪਾਂ ਪੜ ਲਈਏ ਬਾਈ ਇਹਦੇ ਮਨ 'ਚ ਇਹ ਕੀ ਚੱਲਦਾ ਰਗ ਬੰਦੇ ਨੂੰ ਹਾਂ ਬਾਈ ਇਹ ਪੰਜਾਬ ਪਰਤੀ ਕਿੰਨਾ ਦਰਦ ਰੱਖਦਾ ਇੱਥੇ ਦੁਨੀਆ ਕਿਸੇ ਨੂੰ ਨਹੀਂ ਛੱਡਦੀ ਬਾਈ ਉਹ ਦੀਪ ਸਿੱਧੂ ਵਿਚਾਰਾ ਜਿਉਂਦਾ ਜੀ ਉਹਨੂੰ ਕਿੰਨਾ ਭੰਡੇਆ ਮੈਂ ਤਾਂ ਦੀਪ ਸਿੱਧੂ ਨੂੰ ਦੋ ਵਾਰ ਮਿਲਿਆ ਬਹੁਤ ਵਧੀਆ ਬੰਦਾ ਸੀ ਵਿਚਾਰਾ ਮੈਨੂੰ ਹਰੇਕ ਨੂੰ ਉਹਨੇ ਬਾਈ ਬਾਈ ਕਹਿਣਾ ਬਾਈ ਬਾਈ ਮੈਨੂੰ ਬਾਈ ਨੇ ਬੁਲਾਇਆ ਵੀ ਸੀ ਕਹਿੰਦਾ ਬਾਈ ਲੁਧਿਆਣਾ ਹੀ ਮੇਰੀ ਆਪਾ ਤੰਗ ਨਾਲ ਗੱਲਾਂ ਬਾਤਾਂ ਕਰਾਂਗੇ ਚੰਗੀ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ ਜਦੋਂ ਕਿਸਾਨ ਧਰਨਾ ਦਿੱਲੀ ਆਲਾ ਸਮਾਪਤ ਕਰਕੇ ਆਏ ਸੀ ਸਿੰਘੂ ਬਾਰਡਰ ਤੇ ਦੀਪ ਸਿੱਧੂ ਭਾਈ ਨਿਸ਼ਾਨ ਸਾਹਿਬ ਲਈ ਆਪਣੇ ਉੱਥੇ ਖੜਾ ਸੀ ਉਹ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਬਹੁਤ ਪਿਆਰ ਸੀ ਪੰਥ ਨਾਲ ਉਹਨੂੰ ਬਿਲਕੁਲ ਉਹ ਮੌਨਾ ਸੀ ਪਰ ਹੁਣ ਉਹਦੇ ਚ ਫਰਕ ਪੈਣ ਲੱਗ ਗਿਆ ਸੀ ਮੈਂ ਵੀ ਮੌਨਾ ਅੱਜ ਤੱਕ ਮੇਰੀ ਵੀ ਇੱਕ ਵਜ੍ਹਾ ਬਾਈ ਕਦੇ ਤੁਹਾਡੇ ਨਾਲ ਸਾਂਝੀ ਕਰੂੰਗਾ ਹੈਗੇ ਤਾਂ ਪਾਪੀ ਹਾਂ ਵੀਰੇ ਮੈਂ ਮੈਂ ਪਾਪੀ ਹਾਂ ਜਿਹੜਾ ਆਪਣੀ ਸਿੱਖੀ ਨੂੰ ਕਾਇਮ ਨਹੀਂ ਰੱਖਿਆ ਵਾਲ ਕਟਾਈ ਫਿਰਦਾ ਇਹੋ ਜਿਹਾ ਪਹਿਰਾਵਾ ਮੇਰਾ ਗੁਰੂ ਘਰੋਂ ਨਾਲ ਵੀ ਮੇਰਾ ਬਹੁਤ ਘਟ ਆਉਣਾ ਜਾਣਾ ਬਹੁ ਘਟ ਜਾਣਾ ਮੈਂ ਪਰ ਹਾਂ ਨਮਸਕਾਰ ਪ੍ਰਮਾਤਮਾ ਨੂੰ ਜਿੱਥੇ ਵੀ ਮੈਂ ਬੈਠਾ ਹਾਂ ਮੈਂ ਵਾਹਿਗੁਰੂ ਕਰਦਾ ਹੀ ਕਰਦਾ ਤੇ ਪ੍ਰਮਾਤਮਾ ਕਈ ਵਾਰ ਮੇਰਾ ਮਨ ਵੀ ਉੱਠ ਜਾਂਦਾ ਰੱਬ ਵੱਲੀ ਮਨ ਉੱਠ ਜਾਂਦਾ ਕਈ ਵਾਰ ਤਾਂ ਪ੍ਰਮਾਤਮਾ ਕਈ ਵਾਰ ਤੁਹਾਨੂੰ ਇਹ ਜਿਵੇਂ ਜਦੋਂ ਰੰਗ ਢੰਗ ਦਾ ਦਹਾ ਆਪਣੀ ਹੋਣੀ ਦੱਸਦਾ ਮੈਂ ਹੈਗਾ ਇਸ ਜਗ ਤੇ ਜਦੋਂ ਤੁਸੀਂ ਕੱਲੇ ਪਏ ਜਾਂਨੇ ਆ ਜਿਵੇਂ ਕੱਲ ਮੈਂ ਕੱਲਾ ਹੀ ਸੀ ਕੱਲਾ ਹੀ ਪੈ ਗਿਆ ਤਾਂ ਮੈਨੂੰ ਕੱਲ ਅਹਿਸਾਸ ਵੀ ਹੋਇਆ ਕਿ ਮੇਰੇ ਨਾਲ ਪ੍ਰਮਾਤਮਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ ਜਿਹੜੇ ਦੂਜਿਆਂ ਨੂੰ ਮਾਰਦੇ ਹੋ ਆਪੇ ਮਰ ਜਾਂਦੇ ਨੇ ਕਿਸੇ ਨਾਲ ਈਰਖਾ ਨਾ ਰੱਖਿਆ ਕਰੋ ਯਾਰ ਹਰੇਕ ਨੂੰ ਆਪਣੇ ਧੀ ਪੁੱਤ ਵਰਗਾ ਧੀ ਪੁੱਤ ਵਰਗਾ ਸਮਝਿਆ ਕਰੋ ਈਰਖਾ ਇੰਨੀ ਨਾ ਰੱਖਿਆ ਕਰੋ ਕਿਸੇ ਨਾਲ ਕੱਲ ਮੈਨੂੰ ਕਈ ਕਹਿੰਦੇ ਸੀ ਭਾਈ ਪੈਸੇ ਆ ਗਏ ਹੰਕਾਰ ਗਏ ਹੰਕਾਰ ਕਿਹੜੀ ਗੱਲ ਦਾ ਕੀ 5-7 ਲੱਖ ਨਾਲ ਬੰਦਾ ਹੰਕਾਰ ਜੂ 5-7 ਲੱਖ ਤਾਂ ਮਿੰਟਾਂ 'ਚ ਇੱਕ ਮਿੰਟ 'ਚ ਖਤਮ ਹੋ ਜਾਣੇ ਨੇ ਉਹਦਾ ਕਾਹਦਾ ਹੰਕਾਰ ਹੰਕਾਰ ਤਾਂ ਤਾਂ ਕਰ ਲਈਏ ਜੇ ਇਹ ਜ ਇੰਨਾ ਪੈਸਾ ਹੋਵੇ ਤੇ ਉਹ ਮੁੱਕਿਆ ਨਾ ਮੁਕਾਇਆ ਜਾਵੇ ਜਿੰਨਾ ਮਰਜੀ ਵਕਤ ਹੰਕਾਰ ਤਾਂ ਉਸ ਚੀਜ਼ ਦਾ ਤਾਂ ਮੰਨਿਆ ਬਹੁਤ ਪੈਸਾ ਪ੍ਰਵਾਹ ਨਹੀਂ ਹੈਗੀ ਇਹ 5 5-7 ਲੱਖ ਦਾ ਕਾਹਦਾ ਹੰਕਾਰ ਮਿੱਤਰਾ ਜਿਹੜਾ 1 ਮਿੰਟ ਚ ਬੁੱਕਿਆ ਜਾਵੇ ਚਲੋ ਕੋਈ ਨਹੀਂ ਪਰ ਇਹ ਨੀਰ ਖਾਨੀ ਕਰਨੀ ਚਾਹੀਦੀ ਕਿਸੇ ਨੂੰ ਹਰੇਕ ਨੂੰ ਆਪਣੇ ਧੀ ਪੁੱਤ ਵਰਗਾ ਸਮਝਣਾ ਚਾਹੀਦਾ ਬਹੁਤ ਗਲਤ ਸੋਚ ਆ ਯਾਰ ਬਹੁਤ ਗਲਤ ਸੋਚ ਦੇਖੋ ਮੈਂ ਜਿੰਨਾ ਵੀ ਹੁੰਦਾ ਮੇਤੋਂ ਮੈਂ ਆਪਣੇ ਸਿਸਟਮ ਵਿਰੁੱਧ ਬੋਲਦਾ ਬਾਈ ਜਦੋਂ ਤੱਕ ਮੈਨੂੰ ਜਦਦੀ ਮੈਨੂੰ ਸੁਰਤੀ ਸ਼ੁਰੂ ਹੋਈ ਆ ਮੈਂ ਸਿਸਟਮ ਵਿਰੁੱਧ ਬੋਲੇ ਕਿਸੇ ਦੀ ਵੀ ਸਰਕਾਰ ਹੋਵੇ ਜਿੱਥੇ ਸਰਕਾਰ ਦਾ ਚੰਗਾ ਫੈਸਲਾ ਉੱਥੇ ਮੈਂ ਉਹਨਾਂ ਦੀ ਪਿੱਠ ਵੀ ਥਾਪੜਦਾ ਜਿੱਥੇ ਉਹ ਗਲਤ ਨੇ ਮੈਂ ਗਲਤ ਬੋਲਦਾ ਹਰੇਕ ਦਾ ਫਰਜ਼ ਬਣਦਾ ਹਰੇਕ ਦਾ ਫਰਜ ਬਣਦਾ ਆਪਣੇ ਸਿਸਟਮ ਪ੍ਰਤੀ ਬੋਲਣਾ ਜਦੋਂ ਤੱਕ ਤੁਸੀਂ ਬੋਲਦੇ ਨਹੀਂ ਇਹ ਇਹ ਸਿਸਟਮ ਨਹੀਂ ਸਹੀ ਹੋਣਾ ਮੈਨੂੰ ਪਤਾ ਮੇਰੇ ਮੇਰੇ ਜਦੋਂ ਮੈਂ ਆਪਣਾ ਪਿਓ ਯਾਦ ਕਰ ਲਿੰਦਾ ਦਰਦ ਮੈਨੂੰ ਹੀ ਪਤਾ ਜਾਂ ਨੂੰ ਪਤਾ ਜਿਨੇ ਆਪਣਾ ਮਾਪਾਪ ਆਪਣੇ ਹੱਥਾਂ 'ਚ ਤੜਫਦੇ ਗਵਾਏ ਹੋਣ ਮੈਨੂੰ ਇੰਨਾ ਪਤਾ ਕਿ ਜੇ ਇਲਾਜ ਵਧੀਆ ਮਿਲਿਆ ਹੁੰਦਾ ਮੌਕੇ ਤੇ ਸਰਕਾਰੀ ਹਸਪਤਾਲ ਚ ਤਾਂ ਠੀਕ ਹੋ ਜਾਣਾ ਸੀ ਸਰਕਾਰੀ ਹਸਪਤਾਲ ਕਿਉਂ ਜਾਣੇ ਆ ਗਰੀਬ ਆ ਬਾਈ ਤਾਂ ਜਾਣੇ ਦੇਖੋ ਜੇ ਤੁਸੀਂ ਆਪਣਾ ਬੰਦਾ ਗਵਾਉਣਾ ਤਾਂ ਸਰਕਾਰੀ ਹਸਪੀਟਲ ਲੈ ਜਾਓ ਜੇ ਤੁਸੀਂ ਆਪਣਾ ਘਰ ਬਰਬਾਦ ਕਰਨਾ ਤਾਂ ਪ੍ਰਾਈਵੇਟ ਹਸਪੀਟਲ ਲੈ ਜਾਓ ਦੋਨੋਂ ਦੇ ਪਾਸੇ ਘਰ ਪੱਟੇ ਜਾਂਦੇ ਨੇ ਮੈਂ ਉੱਥੇ ਸੀਐਮ ਹਾਊਸ ਗਿਆ ਸੀ ਸੀਐਮ ਮੁੱਖ ਮੰਤਰੀ ਦੀ ਕੋਠੀ ਚੰਡੀਗੜ੍ਹ ਗਿਆ ਸੀ ਇਕੱਲਾ ਹੀ ਗਿਆ ਸੀ ਬਾਈ ਤੇ ਉਹ ਮੇਰੀ ਗੱਲ ਰੱਖਣ ਗਿਆ ਸੀ ਮੈਂ ਉੱਥੇ ਸਾਰੇ ਕਿਸਾਨਾਂ ਦੀ ਜਲ ਤੋਂ ਜਲਦ ਸਾਰਿਆਂ ਨੂੰ ਮੁਆਵਜ਼ਾ ਮਿਲੇ ਨੌਕਰੀਆਂ ਮਿਲਣ ਜਿਹੜੇ ਵਾਅਦੇ ਹੋਏ ਨੇ ਇੰਨੀ ਦੇਰੀ ਨਾ ਲਾਓ ਬਹੁਤ ਟਾਈਮ ਹੋ ਗਿਆ ਇਹ ਚੀਜ਼ਾਂ ਰੱਖਣ ਗਿਆ ਸੀ ਮੈਂ ਮੇਰੀ ਚੰਗਿਆ ਵੀਡੀਓ ਵੀ ਪਈਆਂ ਨੇ ਫੇਸਬੁੱਕ ਤੇ ਕਦੇ ਕਿਸੇ ਨੇ ਕਦੇ ਕਿਹਾ ਤਾਂ ਹੈ ਨਹੀਂ ਲੋਕੋ ਤੁਸੀਂ ਕਦੇ ਪਿੰਡ ਪਿੰਡ ਵਾਲਿਆਂ ਨੇ ਸਰਪੰਚ ਕੋਲ ਇਕੱਠੇ ਹੋ ਕੇ ਤੁਸੀਂ ਚਲੇਗੇ ਭਾਈ ਉਹ ਮੁੰਡੇ ਦਾ ਹੱਕਾ ਲਈ ਬੋਲਦਾ ਆਵਾਜ਼ ਸਿਸਟਮ ਵਿਰੁੱਧ ਬੋਲਦਾ ਉਹ ਉਹਦਾ ਆਪਾ ਮਾਨ ਸਨਮਾਨ ਕਰਨਾ ਇਕੱਠੇ ਹੋ ਕੇ ਪੰਚਾਇਤ ਇਕੱਠੀ ਕਰਕੇ ਮਾਨ ਸਨਮਾਨ ਕਰਨਾ ਕਦੇ ਨਹੀਂ ਤੁਸੀਂ ਕਿਹਾ ਇਹ ਨਾ ਕਹਿ